ਹੈਦਰਾਬਾਦ ਵਿੱਚ ਜੋ ਪ੍ਰਿਯੰਕਾ ਰੈਡੀ ਨਾਲ ਵਾਪਰਿਆ ਉਹ ਬਹੁਤ ਹੀ ਸ਼ਰਮਨਾਕ ਸੀ। ਇਸ ਘਟਨਾ ਬਾਰੇ ਹਰ ਕੋਈ ਦੋਸ਼ੀਆਂ ਨੂੰ ਸਖਤ ਸਜ਼ਾ ਦੇਣ ਦੀ ਮੰਗ ਕਰ ਰਿਹਾ ਹੈ। ਇੰਨਾ ਹੀ ਨਹੀਂ, ਬਾਲੀਵੁੱਡ ਵਿੱਚ ਵੀ ਕੁਝ ਸਿਤਾਰੇ ਦੋਸ਼ੀਆਂ ਖਿਲਾਫ ਖੁੱਲ੍ਹ ਕੇ ਬੋਲੇ ਸਨ। ਹੁਣ ਹਾਲ ਹੀ ਵਿੱਚ ਡਰਾਮਾ ਕੁਈਨ ਰਾਖੀ ਸਾਵੰਤ ਨੇ ਵੀ ਇੱਕ ਬਿਆਨ ਜਾਰੀ ਕੀਤਾ ਹੈ, ਜਿਸ ਵਿੱਚ ਦੋਸ਼ੀਆਂ ਨੂੰ ਨਿਪੁੰਸਕ ਬਣਾਉਣ ਦੀ ਗੱਲ ਕਹਿ ਰਹੀ ਹੈ। ਪਰ ਨਾਲ ਹੀ ਕੁਝ ਉਸਨੇ ਅਜਿਹਾ ਵੀ ਕਿਹਾ ਜਿਸ ਨਾਲ ਸਾਰੇ ਟਰੱਕ ਡਰਾਈਵਰ ਅੱਗ ਬਬੂਲਾ ਹੋ ਉੱਠੇ ਹਨ। ਪਹਿਲਾਂ ਤੁਸੀਂ ਸੁਣੋ ਰਾਖੀ ਸਾਵੰਤ ਨੇ ਅਜਿਹਾ ਕੀ ਕਿਹਾ। ਟਾਇਰ ਕਾ ਜੋ ਪੰਕਚਰ ਹੈ ਜਾਂ ਹਵਾ ਚੈੱਕ ਕਰਵਾ ਲੇ, ਆਪ ਆਪਣੀ ਇੱਜ਼ਤ ਖੁਦ ਬਚਾਓ, ਯਹਾਂ ਪੇ ਆਪਕੀ ਇੱਜ਼ਤ ਕੋ ਬਚਾਨੇ ਕੇ ਲੀਏ ਕੋਈ ਨਹੀਂ ਆਏਗਾ, ਖੁਦ ਆਪ ਆਪਣੀ ਇੱਜ਼ਤ ਕੋ ਬਚਾਓ। ਮੈਂ ਆਪਣੇ ਦੇਸ਼ ਹਿੰਦੁਸਤਾਨ ਦੇਸ਼ ਕੇ ਕਾਨੂੰਨ ਸੇ ਕਹਿਣਾ ਚਾਹਤੀ ਹੂੰ ਕਿ ਯੇ ਜੋ ਹੈਦਰਾਬਾਦ ਮੇਂ ਕਾਂਡ ਹੁਆ ਹੈ, ਇੱਕ ਰੇਪ ਹੁਆ ਇੱਕ ਲੜਕੀ ਕੇ ਸਾਥ, ਉਨਕੇ ਚਾਰੋ ਲੋਗੋ ਕੋ ਜੋ ਚਾਰੋ ਜੋ ਲੋਗ ਹੈ ਜੋ ਟਰੱਕ ਡਰਾਈਵਰ, ਇਨਕੋ ਫਾਂਸੀ ਦੀ ਜਾਏ, ਔਰ ਅਗਰ ਫਾਂਸੀ ਨਹੀਂ ਦੇ ਸਕਤੇ ਹੈ ਤੋ ਇਨ ਕੁੱਤੋ ਕੋ, ਇਨ ਹਰਾਮੀਓ ਕੋ, ਹਰਾਮ ਕੇ ਜਨੋ ਕੋ, ਇਨ ਲੋਗੋ ਕੋ ਜੋ ਤਾਲਿਬਾਨ ਮੇਂ ਯਾ ਫਿਰ ਗਲਫ ਕੰਟਰੀ ਮੇਂ ਜੋ ਸਜ਼ਾ ਹੋਤੀ ਹੈ, ਇਨਕੋ ਨਪੁੰਸਕ ਬਣਾ ਦਿਆ ਜਾਏ। ਦੂਜੇ ਪਾਸੇ ਟਰੱਕ ਡਰਾਈਵਰਾਂ ਵੱਲੋਂ ਰਾਖੀ ਨੂੰ ਮੁਆਫ਼ੀ ਮੰਗਣ ਦੀ ਗੱਲ ਕਹੀ ਜਾ ਰਹੀ ਹੈ। ਟਰੱਕ ਡਰਾਈਵਰ ਮੰਨਦੇ ਹਨ ਕਿ ਰੇਪ ਕਰਨ ਵਾਲੇ ਦੋਸ਼ੀ ਟਰੱਕ ਡਰਾਈਵਰ ਦੇ ਕਿੱਤੇ ਨਾਲ ਸੰਬੰਧਿਤ ਸਨ, ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਸਾਰੇ ਹੀ ਟਰੱਕ ਡਰਾਈਵਰ ਇੰਜ ਹੁੰਦੇ ਹਨ। ਬਿਆਨ ਦਿੱਤਾ ਹੈ ਜੀ ਰਾਖੀ ਸਾਵੰਤ ਨੇ, ਬਹੁਤ ਮੰਦਭਾਗਾ ਬਿਆਨ ਹੈ ਜੀ, ਬਹੁਤ ਗਲਤ ਸ਼ਬਦਾਵਲੀ ਵਰਤੀ ਹੈ ਜੀ। ਅਸੀਂ ਟਰੱਕ ਆਪਰੇਟਰ ਹੈਗੇ ਹਾਂ ਜੀ, ਅਸੀਂ ਦੇਸ਼ 'ਤੇ ਜਦੋਂ ਵੀ ਸੰਕਟ ਆਉਂਦਾ ਅਸੀਂ ਆਪਦੇ ਟਰੱਕ ਆਪਰੇਟਰ ਟਰੱਕ ਲੈ ਕੇ ਪਹਿਲੇ ਫੌਜ ਦਾ ਸਾਥ ਦਿੰਦੇ ਹਾਂ, ਫਿਰ ਦੇਸ਼ ਦਾ ਸਾਥ, ਹਰ ਥਾਂ 'ਤੇ ਕੋਨੇ ਕੋਨੇ 'ਤੇ ਪਹੁੰਚਦੇ ਹਾਂ, ਦੂਰ ਦੂਰ ਤੱਕ ਜਾਂਦੇ ਹਾਂ। ਪਰ ਇਹਨੇ ਸਾਡੇ ਜਿਹੜੇ ਕਰੈਕਟਰ ਪੇਸ਼ ਕਰਕੇ ਬਹੁਤ ਸਾਨੂੰ ਦਿੱਕਤ ਖੜੀ ਕਰਤੀ ਹੈ, ਇਸ ਕਰਕੇ ਅਸੀਂ ਇਸ ਨੂੰ ਕਹਿੰਦੇ ਹਾਂ ਵੀ ਮਾਫ਼ੀ ਮੰਗੇ, ਇਹ ਗੱਲ ਬਿਲਕੁਲ ਸਹੀ ਹੈ ਕਿ ਦੋਸ਼ੀਆਂ ਦੇ ਕਿੱਤੇ ਦਾ ਹਵਾਲਾ ਲੈ ਕੇ ਉਸ ਕਿੱਤੇ ਦੇ ਸਾਰੇ ਲੋਕਾਂ ਨੂੰ ਦੋਸ਼ੀ ਠਹਿਰਾਇਆ ਜਾਣਾ ਬਿਲਕੁਲ ਹੀ ਨਾਜਾਇਜ਼ ਹੈ। ਇੱਥੇ ਇਹ ਕਹਾਵਤ ਬਿਲਕੁਲ ਜਾਇਜ਼ ਟੁਕਦੀ ਹੈ ਕਿ ਪੰਜੇ ਉਂਗਲਾਂ ਇੱਕ ਬਰਾਬਰ ਨਹੀਂ ਹੁੰਦੀਆਂ। ਬਿਊਰੋ ਰਿਪੋਰਟ, ਚੜ੍ਹਦੀ ਕਲਾ, ਟਾਈਮ ਟੀਵੀ।